ਹੇ ਗਾਇਜ਼ ਵਿਕਨੋਟਿਕਸ ਜੀਕੇ ਟੂ ਗਾਇਜ਼ ਪੀਟੀਪਲੱਸ ਬੀ ਜਾਣ ਕੀ ਪੰਜਾਬ ਸੁਪਰੀਰੀਅਰ ਸਰਵਿਸ ਸਿਲੈਕਸ਼ਨ ਬੋਰਡ ਦੀ ਤਰਫੋਂ ਅੱਜ ਮਿਤੀ 3 ਦਸੰਬਰ 2021 ਨੂੰ ਟੋਟਲ 5 ਨੋਟੀਫਿਕੇਸ਼ਨ ਅਪਲੋਡ ਹੋਏ ਹਨ ਪੰਜੋਂ ਦੇ ਪੰਜੋਂ ਤੁਹਾਡੇ ਸਭ ਦੇ ਲਈ ਬਹੁਤ ਇੰਪੋਰਟੈਂਟ ਹਨ ਤਾਂ ਸਭ ਤੋਂ ਪਹਿਲਾਂ ਜੋ ਨੋਟੀਫਿਕੇਸ਼ਨ ਉਹ ਹੈ ਪੰਜਾਬ ਪਟਵਾਰੀ ਰਿਕਰੂਟਮੈਂਟ ਦੇ ਰਿਗਾਰਡਿੰਗ ਜੀ ਹਾਂ ਤੁਸੀਂ ਜਾਣਦੇ ਹੋ ਕਿ 11 52 ਜੋ ਅਸਾਮੀਆਂ ਆਈਆਂ ਸਨ ਉਸ ਦਾ ਜੋ ਰਿਟਰਨ ਐਗਜ਼ਾਮ 5 ਸਤੰਬਰ 2021 ਨੂੰ ਹੋਇਆ ਸੀ ਇਸ ਪ੍ਰੀਖਿਆ ਵਿੱਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹਨਾਂ ਅਸਾਮੀਆਂ ਦੇ ਲਈ ਕਾਉਂਸਲਿੰਗ ਤੁਹਾ 9 ਦਸੰਬਰ ਤੋਂ ਸਟਾਰਟ ਹੋ ਰਹੀ ਹੈ ਬੋਰਡ ਵਿਖੇ ਵਨ ਵਿਭਾਗ ਭਵਨ ਸੈਕਟਰ 68 ਐਸ ਐਸ ਨਗਰ ਮੋਹਾਲੀ ਵਿਖੇ ਕੀਤੀ ਜਾਣੀ ਹੈ ਇਸ ਸਬੰਧੀ ਵਿਸਤਾਰਿਤ ਸ਼ਡਿਊਲ ਮੈਰਿਟ ਬਾਅਦ ਜਾਰੀ ਕੀਤਾ ਜਾਵੇਗਾ ਜਾਨਕਿ 9 ਦਸੰਬਰ ਤੋਂ ਪਹਿਲਾਂ ਪਹਿਲਾਂ ਇੱਕ ਦੋ ਦਿਨ ਦੇ ਵਿੱਚ ਤੁਹਾਡੇ ਕੋਲ ਸ਼ਡਿਊਲ ਆ ਜਾਊਗਾ ਤੇ ਤੁਹਾਡੀ ਕਾਉਂਸਲਿੰਗ 9 ਦਸੰਬਰ ਨੂੰ ਸ਼ੁਰੂ ਹੋ ਜਾਵੇਗੀ ਤਾਂ ਗਾਇਜ਼ ਕਾਫੀ ਕੈਂਡੀਡੇਟਸ ਵੇਟ ਕਰ ਰਹੇ ਸਨ ਇਸ ਦਾ ਤਾਂ ਅਖੀਰਕਾਰ ਤੁਹਾਡੀ ਕਾਉਂਸਲਿੰਗ ਦੀ ਡੇਟਸ ਅਨਾਉਂਸ ਹੋ ਚੁੱਕੀਆਂ ਹਨ ਕਿਹੜੇ ਕੈਂਡੀਡੇਟ ਨੂੰ ਬੁਲਾਇਆ ਜਾਵੇਗਾ ਉਹ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਜਲਦੀ ਹੀ ਨੋਟੀਫਿਕੇਸ਼ਨ ਆ ਜਾਵੇਗਾ ਜਿਵੇਂ ਹੀ ਆਵੇਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਠੀਕ ਹੈ ਜੀ ਤਾਂ गाइस ਦੂਜਾ ਜੋ ਹੈ ਨੋਟੀਫਿਕੇਸ਼ਨ ਉਹ ਹੈ ਪੀਟਰੀ ਪਲਸ ਬੀ ਨੇ ਕਲਰਕ ਦੇ ਰਿਗਾਰਡਿੰਗ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਸ ਦੇ ਰਿਗਾਰਡਿੰਗ ਹੈ ਇਹਨਾਂ ਨੇ ਪਹਿਲਾਂ ਜੋ ਅਸਾਮੀਆਂ ਕੱਢੀਆਂ ਸਨ ਉਹਨਾਂ ਦੇ ਵਿੱਚ ਵਾਅਦਾ ਕੀਤਾ ਹੈ ਕਾਫੀ ਜ਼ਿਆਦਾ ਵੈਕੈਂਸੀਆਂ ਦੁਬਾਰਾ ਤੋਂ ਅਨਾਉਂਸ ਕੀਤੀਆਂ ਹਨ ਕਿਉਂਕਿ ਅਲੱਗ-ਅਲੱਗ ਡਿਪਾਰਟਮੈਂਟਸ ਨੇ ਦੁਬਾਰਾ ਕਲਰਕ ਦੀ ਮੰਗ ਕੀਤੀ ਸੀ ਤਾਂ ਜਿਵੇਂ ਤੁਸੀਂ ਦੇਖ ਸਕਦੇ ਦਫਤਰ ਡਿਪਟੀ ਕਮਿਸ਼ਨਰ ਰੂਪਨਗਰ ਪਹਿਲਾਂ ਇਹਨਾਂ ਨੇ ਮੰਗ ਨਹੀਂ ਕੀਤੀ ਸੀ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 59 ਕੈਂਡੀਡੇਟ ਜੋ ਹੈ ਅਸਾਮੀਆਂ ਨਵੀਆਂ ਆਈਆਂ ਹਨ ਉਸ ਤੋਂ ਇਲਾਵਾ ਸਮਾਜਿਕ ਨਿਆਂ ਅਧਿਕਾਰਤਾ ਤੇ ਘਟਕਿੰਥੀ ਵਿਭਾਗ ਦੇ ਵਿੱਚ 28 ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਵਿੱਚ 76 ਠੀਕ ਹੈ ਜੀ ਇਸ ਤੇ ਵਿੱਚ ਸ਼ੋਧ ਕੀਤੀ ਗਈ ਹੈ ਪਿਛਲੀ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਸ ਤੋਂ ਵੱਧ ਇਹ ਇਸ ਨੋਟੀਫਿਕੇਸ਼ਨ ਦੇ ਵਿੱਚ ਉਸ ਤੋਂ ਜ਼ਿਆਦਾ ਵੱਧ ਅਸਾਮੀਆਂ ਕਰ ਦਿੱਤੀਆਂ ਗਈਆਂ ਹਨ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਵਾਂ ਲਾਸਟ ਦੇ ਵਿੱਚ ਇਹਨਾਂ ਲਿਖਿਆ ਹੋਇਆ ਹੈ ਕਿ ਉਪਰੋਕਤ ਤੋਂ ਇਲਾਵਾ ਇਸ਼ਤਿਹਾਰ ਨੰਬਰ ਸਤਾਰਾ 2021 ਵਿੱਚ ਦਰਸਾਈਆਂ ਕਲਰਕਾਂ ਦੀਆਂ ਅਸਾਮੀਆਂ ਵੀ ਸ਼ਾਮਿਲ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਕੈਟਾਗਰੀ ਵਾਈਜ਼ ਵੇਰਵਾ ਬਾਅਦ ਵਿੱਚ ਬੋਰਡ ਦੀ ਵੈੱਬਸਾਈਟ ਦੇ ਉੱਪਰ ਕੀਤਾ ਜਾਵੇਗਾ ਤਾਂ ਇਹ ਅਸਾਮੀਆਂ ਹਨ ਜੋ ਇਹਨਾਂ ਨੇ ਇਨਕਰੀਜ਼ ਕੀਤੀਆਂ ਹਨ ਪਿਛਲੇ ਨਾਲ ਤੁਸੀਂ ਕੰਪੈਰੀਸ਼ਨ ਕਰਕੇ ਦੇਖ ਸਕਦੇ ਹੋ ਇਹ ਅਸਾਮੀਆਂ ਇਨਕਰੀਜ਼ ਕੀਤੀਆਂ ਗਈਆਂ ਹਨ 390 ਟੋਟਲ ਅਸਾਮੀਆਂ ਹਨ ਜੋ ਇਨਕਰੀਜ਼ ਹੋਈਆਂ ਹਨ ਜਿਵੇਂ ਡਿਪਟੀ ਕਮਿਸ਼ਨਰ ਮਲੇਰ ਕੋਟਲਾ ਦੇ ਵਿੱਚ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੋ ਕਿ ਨਵਾਂ ਡਿਸਟ੍ਰਿਕਟ ਤਿਆਰ ਹੋਇਆ ਹੈ ਠੀਕ ਹੈ ਜੀ ਤਾਂ ਇਹ ਨੋਟੀਫਿਕੇਸ਼ਨ ਬਹੁਤ ਹੀ ਅੱਛੀ ਨਿਊਜ਼ ਹੈ ਉਹਨਾਂ ਕੈਂਡੀਡੇਟਸ ਦੇ ਲਈ ਜੋ ਤਿਆਰੀ ਕਰ ਰਹੇ ਹਨ ਤੁਹਾਡੇ ਕੋਲ ਹੋਰ ਜ਼ਿਆਦਾ ਮੌਕਾ ਵਧੀਆ ਆ ਚੁੱਕਿਆ ਹੈ ਕਿਉਂਕਿ ਅਸਾਮੀਆਂ ਇਨਕਰੀਜ਼ ਕਰ ਦਿੱਤੀਆਂ ਗਈਆਂ ਹਨ ਉਸ ਤੋਂ ਉਸ ਤੋਂ ਬਾਅਦ ਗਾਇਜ਼ ਨੋਟੀਫਿਕੇਸ਼ਨ ਹੈ ਜੋ ਉਹ ਇਸ਼ਤਿਹਾਰ ਨੰਬਰ 12/2021 ਦੇ ਰਿਗਾਰਡਿੰਗ ਹੈ 659 ਅਸਾਮੀਆਂ ਸਨ ਜੋ ਸਿਵਲ ਮਕੈਨੀਕਲ ਅਤੇ ਆਰਚੀਟੈਕਚਰਲ ਦੇ ਰਿਗਾਰਡਿੰਗ ਉਸਤੇ ਰਿਗਾਰਡਿੰਗ ਚਾਰ 10 ਨੂੰ ਤੁਹਾਡਾ ਜੋ ਪ੍ਰੀਖਿਆ ਲਿਖਤੀ ਪ੍ਰੀਖਿਆ ਹੋਈ ਸੀ ਉਸ ਤੇ ਰਿਗਾਰਡਿੰਗ ਹੈ ਲਿਖਤੀ ਪ੍ਰੀਖਿਆ ਦੇ ਵਿੱਚ ਜਿਨ੍ਹਾਂ ਦੇ 40% ਨੰਬਰ ਹਨ ਜਨਕੀ 48 ਨੰਬਰ ਹਨ ਜਾਂ ਇਸ ਤੋਂ ਵੱਧ ਹਨ ਉਹ ਹਰ ਪਾਸੇ ਕੈਂਡੀਡੇਟਸ ਹਨ ਠੀਕ ਹੈ ਜੀ ਉਮੀਦਵਾਰਾਂ ਦਾ ਡਰਾਇੰਗ ਸਕਿੱਲ ਟੈਸਟ ਜੋ ਹੋਏਗਾ ਉਹ ਹੋਏਗਾ 18 ਤੇ 19 ਦਸੰਬਰ 2021 ਨੂੰ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਹੋਵੇਗਾ ਤਾਂ ਇਸ ਦੇ ਰਿਗਾਰਡਿੰਗ ਜਲਦੀ ਹੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਨੋਟੀਫਿਕੇਸ਼ਨਸ ਆਉਣਗੇ ਤੁਸੀਂ ਇਸ ਦੇ ਵਿੱਚ ਸਿਰਫ ਡੇਟ ਦੱਸੀ ਆ ਉਸ ਨੂੰ ਤੁਸੀਂ ਨੋਟ ਕਰ ਲਓ 18 ਤੇ 19 ਨੂੰ ਤੁਹਾਡਾ ਜੋ ਹੋਵੇਗਾ ਡਰਾਇੰਗ ਸਕਿੱਲ ਟੈਸਟ ਹੋਵੇਗਾ ਠੀਕ ਹੈ ਜੀ ਉਸ ਤੋਂ ਇਲਾਵਾ ਨੋਟੀਫਿਕੇਸ਼ਨ ਆਇਆ ਹੈ ਨੰਬਰ 4 ਇਹ ਜੋ ਨੋਟੀਫਿਕੇਸ਼ਨ ਆ ਉਹ ਹੈ ਜੀ ਇਸ਼ਤਿਹਾਰ ਨੰਬਰ 9 2021 ਦੇ ਰਿਗਾਰਡਿੰਗ ਜੋ ਕਿ ਪ੍ਰਕਾਸ਼ਿਤ ਬਲਾਕ ਪੱਧਰ ਪ੍ਰਸਾਰ ਅਫਸਰ ਦੀਆਂ ਅਸਾਮੀਆਂ ਹਨ ਉਸ ਦੇ ਰਿਗਾਰਡਿੰਗ ਹੈ ਇਸ ਦਾ ਜੋ ਲਿਖਤੀ ਟੈਸਟ ਹੋਇਆ ਸੀ ਜੋ ਉਹ 3 10 2021 ਨੂੰ ਹੋਇਆ ਸੀ ਇਸ ਇਸ਼ਤਿਹਾਰ ਅਨੁਸਾਰ ਲਿਖਤੀ ਪ੍ਰੀਖਿਆ ਵਿੱਚ 40% ਪ੍ਰਾਪਤ ਕਰਨ ਵਾਲੀ ਉਮੀਦਵਾਰਾਂ ਨੂੰ ਪਾਸ ਮੰਨਿਆ ਗਿਆ ਹੈ ਹਰ ਇੱਕ ਸ਼੍ਰੇਣੀ ਵਿੱਚ ਅਸਾਮੀਆਂ ਦੀ ਗਿਣਤੀ ਤੇ ਉਮੀਦਵਾਰਾਂ ਵੱਲੋਂ ਪ੍ਰਾਪਤ ਮੈਰਿਟ ਅਨੁਸਾਰ ਪ੍ਰਾਪਤ ਅੰਕ ਦੇ ਆਧਾਰ ਤੇ ਕਾਉਂਸਲਿੰਗ ਲਈ ਬੁਲਾਇਆ ਜਾ ਰਿਹਾ ਹੈ ਜੋ ਕਿ ਮਿਤੀ 7 12 ਤੋਂ ਲੈ ਕੇ 8 12 ਨੂੰ ਬੋਰਡ ਦੇ ਦਫ਼ਤਰ ਵਿਖੇ ਮੈਰਿਟ ਹੇਠ ਲਿਖੇ ਅਨੁਸਾਰ ਹੈ ਜੀ ਤਾਂ ਤੁਸੀਂ ਮੈਰਿਟ ਦੇਖ ਸਕਦੇ ਹੋ ਜਿਵੇਂ 103 ਸ਼ਡਿਊਲ ਮਜਬੀ ਐਂਡ ਬਾਲਮੀਕੀ ਇਸਤੀ ਜੋ ਮੈਰਿਟ ਹੈ 66.50 ਇਸ ਅੰਕ ਜਾਂ ਇਸ ਤੋਂ ਵੱਧ ਵਾਲੇ ਹਨ ਉਹ ਕੈਂਡੀਡੇਟ ਸਾਰੇ ਹੀ 7 12 ਨੂੰ ਪਹੁੰਚ ਜਾਣ ਜੀ 11 ਵਜੇ ਮੋਹਾਲੀ ਵਿਖੇ ਇਸਤਰੀ ਦੀ ਗੱਲ ਕਰਦੇ ਹਾਂ ਤਾਂ 59.50 ਜਿਸ ਦੇ ਮਾਰਕਸਾਂ ਜਾਂ ਫਿਰ ਇਸ ਤੋਂ ਵੱਧ ਹਨ ਉਹ ਵੀ ਸੱਤ ਨੂੰ ਪਹੁੰਚ ਜਾਣ ਇਸੇ ਤਰ੍ਹਾਂ ਐਸਆਰਓ ਦੀ ਗੱਲ ਕਰੀ 78.25 ਅਤੇ 71.75 ਉਸ ਤੋਂ ਇਲਾਵਾ ਗੱਲ ਕਰੀ ਅਸੀਂ ਬੀਸੀ ਕੈਟਾਗਰੀ ਦਾ 81.25 712 ਨੂੰ ਤੁਸੀਂ ਪਹੁੰਚ ਜਾਓ ਕਾਉਂਸਲਿੰਗ ਦੇ ਲਈ ਅਤੇ ਫੀਮੇਲ ਦੀ ਗੱਲ ਕਰੀ 74.50 ਠੀਕ ਹੈ ਜੀ ਉਸ ਤੋਂ ਬਾਅਦ ਐਕਸੈਸਮੈਨ ਜਰਨਲ ਦੀ ਗੱਲ ਕਰੀ 62.50 ਉਸੇ ਤਰ੍ਹਾਂ ਹੀ ਐਕਸੈਸ ਮੈਨਾ ਮਜਬੂਰੀ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 48.75 ਇਹ ਕੈਂਡੀਡੇਟਸ 7 ਤਰੀਕ ਨੂੰ ਪਹੁੰਚ ਜਾਣ ਜੀ ਸਾਰੀ ਆਪਣੀ ਆਪਣੀ ਕੈਟਾਗਰੀ ਦੇ ਹਿਸਾਬ ਨਾਲ ਤੁਸੀਂ ਸਾਰੀ ਲਿਸਟ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹੁਣ ਗੱਲ ਕਰਦੇ ਹਾਂ ਇੱਕ ایਡਬਲਯੂਐਸ ایਡਬਲਯੂਐਸ ਦੇ ਵਿੱਚ 80.25 ਜਿਨ੍ਹਾਂ ਦੇ ਮਾਰਕਸ ਹਨ ਜਾਂ ਇਸ ਤੋਂ ਜ਼ਿਆਦਾ ਹਨ ਉਹ 8 12 2021 ਨੂੰ 11 ਵਜੇ ਪਹੁੰਚ ਜਾਣ ਜੀ ਆਪਣੇ ਕਾਉਂਸਲਿੰਗ ਦੇ ਲਈ ਉਮੀਦਵਾਰ ਆਪਣਾ ਅਸਲ ਦਸਤਾਵੇਜ਼ ਜ਼ਰੂਰ ਨਾਲ ਲਾ ਕੇ ਜਾਣ ਕੁਝ ਹਦਾਇਤਾਂ ਹਨ ਜੋ ਇਹਨਾਂ ਨੇ ਦੱਸੀਆਂ ਹਨ ਕਾਉਂਸਲਿੰਗ ਬੁਲਾਏ ਜਾਣ ਅਤੇ ਹਾਜ਼ਰ ਹੋਣ ਨਾਲ ਉਮੀਦਵਾਰ ਸੰਬੰਧੀ ਸਾਮੀ ਅਧਿਕਾਰੀ ਯੁਕਤੀ ਨੇ ਨਹੀਂ ਬਣ ਜਾਂਦਾ ਉਸ ਤੋਂ ਇਲਾਵਾ ਨੈਕਜ਼ਰ A ਤੇ B ਦੋਨੋਂ ਨਾਲ ਨੱਥੀ ਹਨ ਉਸ ਨੂੰ ਭਰ ਕੇ ਫਾਈਲ ਦੇ ਵਿੱਚ ਲੈ ਕੇ ਤੁਸੀਂ ਜਾਣਾ ਹੈ ਕੋਵਿਡ-19 ਦਾ ਪੂਰਾ ਖਿਆਲ ਰੱਖਣਾ ਹੈ ਠੀਕ ਹੈ ਜੀ ਉਸ ਤੋਂ ਇਲਾਵਾ ਆਪਣੇ ਡਾਕੂਮੈਂਟਸ ਦੀ ਫੋਟੋ ਕਾਪੀਜ਼ ਵਿਦ origignal ਤੁਸੀਂ ਨਾਲ ਲੈ ਕੇ ਜਾਣਾ ਹੈ ਫੋ ਫਦੌਂਕਾਰੀ ਕੋਈ ਵੀ ਤੁਹਾਡੀ ਜਾਣਕਾਰੀ ਤੁਸੀਂ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਹ ਐਨੈਗਜ਼ਰ A ਹੈ ਇਸ ਨੂੰ ਪੂਰਾ ਫਿਲ ਕਰਨਾ ਹੈ ਉਸ ਤੋਂ ਬਾਅਦ ਇਹ ਹੈ C ਇਸ ਦੇ ਵਿੱਚ ਇਹਨਾਂ ਨੇ ਡਿਟੇਲ ਵਾਈਜ਼ ਦੱਸਿਆ ਹੋਇਆ ਹੈ ਕਿ ਕੀ 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 ਤੁਹਾਨੂੰ ਲੈ ਕੇ ਜਾਣਾ ਹੈ ਠੀਕ ਹੈ ਜੀ ਤੇ ਐਨੈਗਜ਼ਰ B ਇਸ ਨੂੰ ਫਿਲ ਕਰਕੇ ਫਾਈਲ ਕਵਰ ਦੇ ਵਿੱਚ ਰੱਖ ਕੇ ਤੁਸੀਂ ਲੈ ਕੇ ਜਾਣਾ ਹੈ origignal documents ਅਤੇ ਨਾਲ photocopies ਠੀਕ ਹੈ ਜੀ ਇਸ ਤੋਂ ਇਲਾਵਾ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਓਕੇ ਗਾਇਜ਼ ਤੁਸੀਂ ਮੈਨੂੰ ਆਪਣਾ ਸਮਾਂ ਦਿੱਤਾ ਉਸ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ so much